ਪੁਲਿਸ ਦੀ ਗ੍ਰਿਫਤ ਵਿੱਚ ਨਜ਼ਰ ਆ ਰਹੇ ਇਹ ਮੁਲਜ਼ਮ ਇੱਕ ਵੱਡੀ ਤੇ ਦਿਲ ਦਹਿਲਾਉਣ ਵਾਲੀ ਸਾਜ਼ਿਸ਼ ਵਿੱਚ ਕਥਿਤ ਤੌਰ ਉੱਤੇ ਸ਼ਾਮਿਲ ਹਨ। ਇਹਨਾਂ ਉੱਤੇ ਲਾਲਚ ਵਸ਼ਾ ਕੇ ਫਿਲਮੀ ਅੰਦਾਜ਼ ਵਿੱਚ ਇੱਕ ਵਿਅਕਤੀ ਦਾ ਕਤਲ ਕਰਨ ਦਾ ਇਲਜ਼ਾਮ ਹੈ। ਮਾਮਲਾ ਫਤਿਹਗੜ੍ਹ ਸਾਹਿਬ ਦਾ ਹੈ, ਜਿੱਥੇ ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਨਾਂ ਦੇ ਇੱਕ ਸ਼ਖਸ ਨੇ ਸੁਖਜੀਤ ਸਿੰਘ ਨਾਂ ਦੇ ਵਿਅਕਤੀ ਨਾਲ ਪਹਿਲਾਂ ਦੋਸਤੀ ਕੀਤੀ ਤੇ ਮੁੜ ਉਸ ਦਾ ਕਤਲ ਕਰ ਦਿੱਤਾ। ਪੁਲਿਸ ਅਨੁਸਾਰ ਦੋਸਤੀ ਕਰਨ ਤੇ ਕਤਲ ਕਰਨ ਦੀ ਵਾਰਦਾਤ ਵਿਚਾਲੇ ਕੇਵਲ 15-20 ਦਿਨਾਂ ਦਾ ਫਾਸਲਾ ਸੀ। ਅਸਲ ਵਿੱਚ ਗੁਰਪ੍ਰੀਤ ਨੇ ਆਪਣਾ ਕਰੀਬ 4 ਕਰੋੜ ਰੁਪਏ ਦਾ ਬੀਮਾ ਕਰਵਾਇਆ ਸੀ। ਉਸੇ ਬੀਮਾ ਦੀ ਰਕਮ ਲੈਣ ਲਈ ਗੁਰਪ੍ਰੀਤ ਨੇ ਆਪਣੀ ਮੌਤ ਦਾ ਡਰਾਮਾ ਰਚਿਆ। ਇਸ ਡਰਾਮੇ ਵਿੱਚ ਉਸਦੇ ਪਰਿਵਾਰ, ਉਸਦੇ ਦੋਸਤ ਤੇ ਬੀਮਾ ਕੰਪਨੀ ਦਾ ਏਜੰਟ ਵੀ ਹਿੱਸੇਦਾਰ ਸੀ। 19 ਜੂਨ ਨੂੰ ਸੁਖਜੀਤ ਦਾ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਜਾਂਦਾ ਹੈ ਤੇ 20 ਜੂਨ ਨੂੰ ਸੁਖਜੀਤ ਦੀ ਲਾਸ਼ ਨੂੰ ਗੁਰਪ੍ਰੀਤ ਬਣਾ ਕੇ ਸੜਕ ਹਾਦਸਾ ਦਿਖਾਇਆ ਜਾਂਦਾ ਹੈ। ਫਤਿਹਗੜ੍ਹ ਸਾਹਿਬ ਪੁਲਿਸ ਸਰਹੰਦ ਥਾਣੇ ਦੇ ਵਿੱਚ 19 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਸੁਖਜੀਤ ਸਿੰਘ ਨਾਮ ਦਾ ਬੰਦਾ ਜੋ ਸਾਨੀਪੁਰ ਦਾ ਰਹਿਣ ਵਾਲਾ ਸੀਗਾ ਉਹ ਮਿਸਿੰਗ ਹੋ ਗਿਆ। ਉਹਦੇ ਪਰਿਵਾਰ ਵੱਲੋਂ, ਉਹਦੀ ਵਾਈਫ ਵੱਲੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਇਹਦੀ ਅਸੀਂ ਮਿਸਿੰਗ ਦੀ ਰਿਪੋਰਟ ਪਾਈ ਸੀਗੀ ਅਤੇ ਇਹਦੀ ਜੋ ਅੱਗੇ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਗਈ ਸੀਗੀ। ਉਸ ਤੋਂ ਬਾਅਦ ਜਦੋਂ ਇਹਦੀ ਸਰਚ ਕੀਤੀ ਗਈ ਤਾਂ ਸਰਹੰਦ ਨਹਿਰ, ਜਿਹੜਾ ਸਾਨੀਪੁਰ ਨਹਿਰ ਜਿਹੜੀ ਪਟਿਆਲਾ ਰੋਡ ਵੱਲ ਸੜਕ ਜਾਂਦੀ ਹੈ, ਉੱਥੇ ਦਾ ਮੋਟਰਸਾਈਕਲ ਅਤੇ ਕੁਛ ਦੂਰ ਇਹਦੀਆਂ ਚੱਪਲਾਂ ਅਤੇ ਇਹਦਾ ਫੋਨ ਇਹਦਾ ਦੱਬਿਆ ਹੋਇਆ ਸੀਗਾ ਇੱਕ ਪੇੜ ਦੇ ਥੱਲੇ, ਉਸ ਚੀਜ਼ ਦੀ ਰਿਕਵਰੀ ਹੋਈ ਸੀਗੀ। ਕਿ ਮਰਨ ਤੋਂ 15-20 ਦਿਨ ਪਹਿਲਾਂ ਤੋਂ ਇਹ ਇੱਕ ਗੁਰਪ੍ਰੀਤ ਨਾਮ ਦੇ ਬੰਦੇ ਦੇ ਨਾਲ ਇਨ ਟੱਚ ਸੀਗਾ ਜੋ ਕਿ ਹੁਸੈਨਪੁਰ ਦਾ ਰਹਿਣ ਵਾਲਾ ਸੀਗਾ। ਇਹ ਜਿਹੜਾ ਗੁਰਪ੍ਰੀਤ ਨਾਮ ਦਾ ਬੰਦਾ ਸੀਗਾ ਇਹ ਇਸਨੂੰ ਸ਼ਰਾਬ ਲਾਉਂਦਾ ਹੁੰਦਾ ਸੀਗਾ, ਇਹਨੂੰ ਥੋੜ੍ਹੇ ਬਹੁਤ ਪੈਸੇ 200-300-500 ਦੇ ਕੇ ਸ਼ਰਾਬ ਲਈ ਬੁਲਾ ਲੈਂਦਾ ਹੁੰਦਾ ਸੀ। ਅਸਲ 'ਚ ਗੱਲ ਇਹ ਨਿਕਲੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀ ਉਹਨੇ ਆਪਣੀ ਮੌਤ ਫੇਕ ਕੀਤੀ, ਉਹਨੇ ਆਪਣੀ ਮੌਤ ਦਾ ਇੱਕ ਡਰਾਮਾ ਰਚਿਆ ਅਤੇ ਇਸ ਡਰਾਮੇ ਦੇ ਵਿੱਚ ਇੱਕ ਨਿਰਦੋਸ਼ ਅਤੇ ਇਨੋਸੈਂਟ ਬੰਦੇ ਦਾ ਕੋਲਡ ਬਲੱਡਡ ਮਰਡਰ ਕੀਤਾ। ਕਿਸੇ ਇੱਕ ਬੰਦੇ ਤੋਂ ਦਵਾਈ ਮੰਗਾਈ, ਜਿਹੜੀ ਦਵਾਈ ਸ਼ਰਾਬ ਦੇ ਵਿੱਚ ਪਿਲਾ ਕੇ ਮ੍ਰਿਤਕ ਨੂੰ ਪਿਲਾਈ ਤਾਂ ਜੋ ਉਹ ਬੇਹੋਸ਼ ਰਹੇ ਅਤੇ ਉਹਨੂੰ ਪਤਾ ਨਾ ਚੱਲੇ, ਉਹਨੂੰ ਬੇਹੋਸ਼ ਕਰਕੇ ਫਿਰ ਉਹਦੇ ਉੱਤੇ ਦੀ ਇਹਨਾਂ ਨੇ ਟਰੱਕ ਲੰਘਾ ਤਾ। 2 ਵਾਰੀ ਟਰੱਕ ਲੰਘਾਇਆ ਤਾਂ ਜੋ ਜਿਹੜੀ ਹੈ ਡੈੱਡ ਬੋਡੀ ਉਹ ਕੰਪਲੀਟਲੀ ਇਹ ਡਿਸਟਰੋਏ ਕਰ ਦੇਣ। ਉਸ ਤੋਂ ਬਾਅਦ ਇਹਨਾਂ ਦੀ ਸਾਜ਼ਿਸ਼ ਸੀ ਉਹ ਇਸ ਹੱਦ ਤੱਕ ਗਈ ਕਿ ਇਹਨਾਂ ਨੇ ਉਸੇ ਸ਼ਾਮ ਨੂੰ ਇਹਦਾ ਸੰਸਕਾਰ ਕਰ ਦਿੱਤਾ ਅਤੇ ਕੋਈ ਵੀ ਜਿਹੜਾ ਹੈ ਬੋਡੀ ਦਾ ਕੋਈ ਐਵੀਡੈਂਸ ਨਹੀਂ ਛੱਡਿਆ ਅਤੇ ਉਹ ਸਾਰਾ ਕੁਛ ਹੀ ਇਹਨਾਂ ਨੇ ਕਰਤਾ। ਇਸ ਮਰਡਰ ਦੇ ਵਿੱਚ ਜਿਹੜੇ ਹੋਰ ਬੰਦੇ ਇਨਵੋਲਵ ਸੀਗੇ ਉਹ ਸੀਗੇ ਇੱਕ ਇੰਸ਼ੋਰੈਂਸ ਏਜੰਟ ਰਾਕੇਸ਼ ਸ਼ਰਮਾ, ਜਿਨ੍ਹਾਂ ਨੇ ਇਹਨਾਂ ਨੂੰ ਇਹ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਐਕਸੀਡੈਂਟਲ ਇੰਸ਼ੋਰੈਂਸ ਕਰਾ ਲਓ। ਇਹਨਾਂ ਦੀਆਂ 3 ਅੱਡ ਇੰਸ਼ੋਰੈਂਸ ਪੋਲਿਸੀਜ਼ ਕੀਤੀਆਂ ਸੀਗੀਆਂ ਗੁਰਪ੍ਰੀਤ ਸਿੰਘ ਦੀ, ਇੱਕ 2 ਕਰੋੜ ਦੀ ਅਤੇ ਇੱਕ 1 ਕਰੋੜ ਦੀ ਅਤੇ ਇੱਕ ਹੋਰ 1 ਕਰੋੜ ਦੀ, ਤਾਂ ਜੋ ਐਕਸੀਡੈਂਟਲ ਡੈਥ ਦਿਖਾ ਕੇ ਇਹ ਇੰਸ਼ੋਰੈਂਸ ਕਲੇਮ ਕਰ ਸਕਣ। ਸੁਖਜੀਤ ਤੋਂ ਪਹਿਲਾਂ 2 ਹੋਰ ਲੋਕ ਵੀ ਮੁਲਜ਼ਮਾਂ ਦੇ ਨਿਸ਼ਾਨੇ ਤੇ ਸਨ, ਪਰ ਉਹਨਾਂ ਦੀ ਕਿਸਮਤ ਚੰਗੀ ਨਿਕਲੀ। ਦੂਜੇ ਪਾਸੇ ਸੁਖਜੀਤ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਮੇਰੀਆਂ ਹੀ ਬਾਹਾਂ ਤੋੜ ਕੇ ਘੇਰ ਗਏ ਜੀ, ਮੈਂ ਟੈਟੂ ਕਰਕੇ ਹੀ ਟੈਟੂ ਛਪਿਆ ਵਾ ਤਾਂ ਪਚੋ ਹੋ ਗਿਆ ਜੀ। ਮੈਨੂੰ ਤਾਂ ਜੀ ਪਤਾ ਹੀ ਨਹੀਂ, ਮੈਨੂੰ ਤਾਂ ਕੁੱਟ ਮਾਰ ਕੇ ਘੇਰ ਗਏ ਜੀ, ਮੈਨੂੰ ਤਾਂ ਕਿਸੇ ਬੰਦੇ ਨੇ ਚੱਕਿਆ ਕੇ ਰੋਡ ਤੋਂ। ਤੁਹਾਨੂੰ ਪਛਾਣ ਨਹੀਂ ਆਈ ਵੀ ਕੌਣ ਨੇ ਮਾਰਨੇ ਵਾਲੇ? ਨਾ ਜੀ, ਮੈਨੂੰ ਤਾਂ ਜਮਾਂ ਬੇਹੋਸ਼ ਕਰਿਆ ਵਾ, ਤਾਂ ਬੁਲਾਇਆ ਵਾ ਗੁਰਦੀਤ ਨੇ ਤਾਂ ਜੀ ਮੈਨੂੰ, ਗੁਰੀ ਨੇ। ਹਾਂਜੀ, ਗੁਰੀ ਨੇ ਉਹ ਕਰੀ ਹੈ ਜੀ ਕੁੱਟਮਾਰ ਨਾਲੇ, ਅਤੇ ਜਿਹੜੇ ਹੁਣ ਚੱਕੇ ਨੇ ਜੀ, ਅਤੇ ਦੋਨੋਂ ਬਾਹਾਂ ਤੋੜ ਕੇ ਮੇਰੀਆਂ ਘੇਰ ਗਈ, ਮੈਨੂੰ ਤਾਂ ਬਹੁਤ ਬੁਰਾ ਹਾਲ ਕਰਕੇ ਘੇਰਿਆ। ਮੈਨੂੰ ਗੁਰੀ ਜਾਂਦਾ ਸੀ ਗੁਰਦਿੱਤ ਜੀ, ਉਹ ਕਾਫੀ ਟਾਈਮ ਤੋਂ ਮਹੀਨੇ ਤੋਂ ਮੈਨੂੰ ਕਹਿ ਰਿਹਾ ਸੀ ਫਤਿਹਗੜ੍ਹ ਸਾਹਿਬ ਚੱਲਦੇ ਪਾਰਟੀ ਕਰਾਂਗੇ ਪਾਰਟੀ ਕਰਾਂਗੇ, ਮੈਂ ਉਹਦੇ ਨਾਲ ਆਇਆ ਨਹੀਂ ਜੀ। ਉਹ ਤਾਂ ਮੈਨੂੰ ਰਾਤੀ ਪਤਾ ਲੱਗਿਆ ਕਿ ਉਹਨੇ ਦੱਸ ਰਿਹਾ ਕਿ ਮੈਂ ਤੈਨੂੰ ਮਾਰਨਾ ਸੀਗਾ ਬਸ। ਹਾਂਜੀ, ਮੈਂ ਮੋਹਾਲੀ ਰਹਿੰਦਾ ਜੀ, ਬਲਾਚੋਰ ਦਾ ਮੈਂ ਜੀ। ਉਹ ਰਾਤੀ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ, ਉਹ ਗੁਰੀ ਨੇ ਆਪ ਦੱਸਿਆ ਮੈਨੂੰ। ਹਾਂ, ਕਿਉਂਕਿ ਪੁਲਿਸ ਵਾਲਿਆਂ ਨੇ ਫੜਿਆ ਸੀ ਇਹਨਾਂ ਨੂੰ, ਕਹਿੰਦਾ ਤੈਨੂੰ ਤਾਂ ਪਲੈਨਿੰਗ ਕਰ ਰਹੇ ਤੂੰ ਆਇਆ ਨਹੀਂ ਸਾਡੇ ਨਾਲ। ਇਸ ਦਿਨ ਇਹ ਘਰੋਂ ਗਏ ਆ, ਗੁਰਪ੍ਰੀਤ ਸਿੰਘ ਨੇ ਇਹਨਾਂ ਨੂੰ ਫੋਨ ਕਰਕੇ ਬੁਲਾਇਆ। ਫਿਰ ਮੈਂ ਰਾਤ ਨੂੰ 10:30 ਵਜੇ ਜਦ ਫੋਨ ਕੀਤਾ, ਮੇਰੇ ਹਸਬੈਂਡ ਨੇ ਫੋਨ ਚੱਕਿਆ ਨਹੀਂ, ਜਦ ਮੈਂ ਗੁਰਪ੍ਰੀਤ ਨੂੰ ਕੀਤਾ ਉਹਨਾਂ ਨੇ ਵੀ ਨਹੀਂ ਚੱਕਿਆ। ਦੂਜੇ ਦਿਨ ਮੈਂ ਉਹਨਾਂ ਦੀ ਸਿਸਟਰ ਨੂੰ ਗੁਰਪ੍ਰੀਤ ਦੇ ਘਰੇ ਭੇਜਿਆ, ਜਾਂ ਸਾਨੂੰ ਪਤਾ ਲੱਗਿਆ ਵੀ ਰੋਡ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ, ਪਰ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਬਿਲਕੁਲ ਇਨਕਾਰ ਕਰਤਾ। ਫਿਰ ਹੌਲੀ ਹੌਲੀ ਸਾਡਾ ਸ਼ੱਕ ਵੱਧਦਾ ਚੱਲਿਆ ਗਿਆ, ਇਹਨਾਂ ਲੋਕਾਂ ਨੇ ਉਹਨੂੰ ਗੁੰਮਰਾਹ ਕਰਕੇ ਕਿਡਨੈਪ ਕਰਕੇ ਉਹਨਾਂ ਦੀ ਹੱਤਿਆ ਕੀਤੀ ਆ। ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੇਰੀ ਡੈਥ ਹੋ ਗਈ। ਗੁਰਪ੍ਰੀਤ ਸਿੰਘ ਕਹਿੰਦਾ ਇਹਨਾਂ ਨੇ ਕਲੇਮ ਲੈਣਾ ਸੀ 4.5 ਕਰੋੜ ਰੁਪਏ ਦਾ, ਅਤੇ ਮੇਰੇ ਹਸਬੈਂਡ ਨੂੰ ਮਾਰ ਕੇ ਉੱਥੇ ਉਹਨਾਂ ਦੀ ਬੋਡੀ ਦਾ ਸੰਸਕਾਰ ਕੀਤਾ, ਫੁੱਲ ਚੁਗੇ ਆ, ਅਤੇ ਸਾਨੂੰ ਇਹਨਾਂ ਨੇ ਕੁਛ ਵੀ ਨਹੀਂ ਦਿੱਤਾ। ਮੈਂ ਚਾਹੁੰਦੀ ਹਾਂ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿਵਾਓ।
ਫਾਂਸੀ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ ਅਤੇ ਕਦੇ ਜੇਲ੍ਹ 'ਚੋਂ ਬਾਹਰ ਨਹੀਂ ਆਉਣੇ ਚਾਹੀਦੇ, ਜੇ ਆ ਕੇ ਕਿਸੇ ਹੋਰ ਦਾ ਘਰ ਬਰਬਾਦ ਕਰ ਦੇਣਗੇ।